ਹਾਰਟ ਅਟੈਕ ਦੇ ਕਾਰਨ ਸਾਡੇ ਲੋਕ ਮਰ ਰਹੇ ਆ, ਕੋਈ ਟ੍ਰੇਨਾਂ ਫਟਕ ਬੰਦ ਹੁੰਦੇ ਆ ਟਾਈਮ ਸਿਰ, ਅਸੀਂ ਮੁੱਢਲੀ ਸਹਾਇਤਾ ਦੀ ਮੈਡੀਕਲ 'ਤੇ ਨਹੀਂ ਪਹੁੰਚ ਸਕਦੇ। ਸ਼ਹਿਰ ਆਉਣ ਜਾਣ ਦੇ ਜਿਹੜੇ ਰਸਤੇ ਸੀ ਉਹ ਰੇਲਵੇ ਨੇ ਬੜੇ ਧੱਕੇ ਨਾਲ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਬੰਦ ਕਰਤੇ। ਨਾ ਕੋਈ ਬੈਂਕ ਆ, ਨਾ ਸਕੂਲ ਆ, ਨਾ ਹਸਪਤਾਲ ਆ, ਨਾ ਏਟੀਐਮ ਆ, ਨਾ ਕੋਈ ਲਾਇਬ੍ਰੇਰੀ ਆ, ਨਾ ਖੇਡ ਸਟੇਡੀਅਮ ਆ। ਬੁਨਿਆਦੀ ਸਹੂਲਤਾਂ ਨੂੰ ਲੈ ਕੇ ਗਿੱਦੜਬਾਹ ਦੇ ਲੋਕ ਲੰਬੇ ਸਮੇਂ ਤੋਂ ਐਗੀਟੇਸ਼ਨ ਕਰ ਰਹੇ ਨੇ ਔਰ ਸੜਕਾਂ 'ਤੇ ਲੋਕ ਉਤਰੇ ਨੇ। ਤੁਸੀਂ ਤਸਵੀਰਾਂ ਵੇਖ ਲਓ ਕਿ ਤਸਵੀਰਾਂ ਦੇ ਵਿੱਚ ਸਿਸਟਮ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਔਰ ਕਾਫ਼ੀ ਵੱਡੀ ਗਿਣਤੀ ਵਿੱਚ ਸਿਰਫ ਮਹਿਲਾਵਾਂ ਨਹੀਂ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਉਹ ਵੀ ਐਗੀਟੇਸ਼ਨ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬੁਨਿਆਦੀ ਸਹੂਲਤਾਂ ਨੇ ਸ਼ਹਿਰ ਦੀਆਂ ਉਹਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਆਪਾਂ ਗੱਲਬਾਤ ਵੀ ਕਰਦੇ ਹਾਂ ਤੰਮੀ ਕਿਸ ਚੀਜ਼ ਨੂੰ ਲੈ ਕੇ ਸੜਕਾਂ 'ਤੇ ਗਿੱਦੜਬਾਹ ਦੇ ਲੋਕ ਵੋਟਾਂ ਦਾ ਵੀ ਬਾਈਕਾਟ ਕਰਦਾ, ਕਾਰਨ ਕੀ ਹੈ? ਇਹ ਜੀ ਪਿਛਲੇ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਸਾਡੇ ਜਿਹੜੇ ਗਿੱਦੜਬਾਹ ਪਿੰਡ, ਇਹ ਸ਼ਹਿਰ ਦੋ ਭਾਗਾਂ 'ਚ ਡਿਵਾਈਡਡ ਆ। ਅਸੀਂ ਗਿੱਦੜਬਾਹ ਪਿੰਡ ਵਾਲੇ ਪਾਸੇ ਤਕਰੀਬਨ 20,000 ਤੋਂ ਉੱਪਰ ਸਾਡੀ ਆਬਾਦੀ ਆ, ਲੇਕਿਨ ਬਦਕਿਸਮਤੀ ਹੈ ਕਿ ਦੇਸ਼ ਆਜ਼ਾਦੀ ਤੋਂ ਬਾਅਦ ਅੱਜ ਤੱਕ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ, ਜਿਸ ਤਰ੍ਹਾਂ ਕੋਈ ਨਾ ਕੋਈ ਬੈਂਕ ਆ, ਨਾ ਸਕੂਲ ਆ, ਨਾ ਹਸਪਤਾਲ ਆ, ਨਾ ਏਟੀਐਮ ਆ, ਨਾ ਕੋਈ ਲਾਇਬ੍ਰੇਰੀ ਆ, ਨਾ ਖੇਡ ਸਟੇਡੀਅਮ ਆ। ਇੱਥੋਂ ਤੱਕ ਕਿ ਸਾਡੇ ਕੋਲ ਸ਼ਹਿਰ ਆਉਣ ਜਾਣ ਦੇ ਜਿਹੜੇ ਰਸਤੇ ਸੀ ਉਹ ਰੇਲਵੇ ਨੇ ਬੜੇ ਧੱਕੇ ਨਾਲ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਬੰਦ ਕਰਤੇ। ਸਾਡੇ ਜਿਹੜੇ ਬਜ਼ੁਰਗ ਰਾਤ ਬਰਾਤੇ ਜੋ 32 ਦੇ ਕਰੀਬ ਬਾਹਰ ਜਿਹੜੇ ਅਪ ਡਾਊਨ ਗੱਡੀਆਂ ਦਾ ਹੁੰਦਾ ਟ੍ਰੇਨਾਂ ਗੁਜ਼ਰਦੀਆਂ, ਹਾਰਟ ਅਟੈਕ ਦੇ ਕਾਰਨ ਸਾਡੇ ਲੋਕ ਮਰ ਰਹੇ ਆ, ਕੋਈ ਟ੍ਰੇਨਾਂ ਫਟਕ ਬੰਦ ਹੁੰਦੇ ਆ ਟਾਈਮ ਸਿਰ, ਅਸੀਂ ਮੁੱਢਲੀ ਸਹਾਇਤਾ ਦੀ ਮੈਡੀਕਲ 'ਤੇ ਨਹੀਂ ਪਹੁੰਚ ਸਕਦੇ। ਵੱਡੀਆਂ ਮੰਗਾਂ ਨੇ ਜੇ ਵਨ ਬਾਈ ਵਨ ਮੰਗਾਂ ਦੀ ਗੱਲ ਕਰਨੀ ਹੋਵੇ, ਕਿਹੜੀਆਂ ਵੱਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟਾਂ ਤੱਕ ਦਾ ਬਾਈਕਾਟ ਕਰਤਾ ਇੱਥੇ? ਹਾਂਜੀ ਬਿਲਕੁਲ, ਜੋ ਵੱਡੀ ਮੰਗਾਂ ਇਹ ਹੈ ਕਿ ਸਾਨੂੰ ਰੇਲਵੇ ਅੰਡਰਗਰਾਊਂਡ ਛੋਟੇ ਜਿਹੇ ਪੁਲ ਚਾਹੀਦੇ ਆ ਦੋ, ਕਿਉਂਕਿ ਅਸੀਂ ਵੱਡੇ ਪੁਲ ਨਹੀਂ ਦੇਖਣੇ ਕਿ ਸਾਡੇ ਵੱਡੇ ਲੀਡਰ ਜਿਹੜੇ ਗੁਜ਼ਰਨਗੇ ਉਹਨਾਂ ਨੂੰ ਅਸੀਂ ਟਾੜਾ ਨਹੀਂ ਕਰਨੀ। ਸਾਡੇ ਤਾਂ ਆਉਣ ਜਾਣ ਹਰ ਰੋਜ਼ ਜਿਹੜੇ ਬੱਚੇ ਸਕੂਲ ਜਾਂਦੇ ਆ, ਸਾਡੇ ਬਜ਼ੁਰਗ, ਸਾਡੀਆਂ ਮਹਿਲਾਵਾਂ ਨੇ ਸਬਜ਼ੀ ਭਾਜੀ ਬਾਜ਼ਾਰ ਲੈਣ ਜਾਣਾ ਹੁੰਦਾ, ਸਾਨੂੰ ਦੋ ਰੇਲਵੇ ਅੰਡਰਗਰਾਊਂਡ ਪੁਲ ਜ਼ਰੂਰ ਦੇਵੇ, ਇਹ ਸਾਡੀ ਮੰਗ ਆਈ, ਸਭ ਤੋਂ ਵੱਡੀ ਮੰਗ ਹੈ ਰੇਲਵੇ ਅੰਡਰਗਰਾਊਂਡ ਪੁਲ ਦੀ। ਤਖਤੀਆਂ 'ਤੇ ਕੀ ਲਿਖਿਆ, ਤਖਤੀਆਂ 'ਤੇ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸਰਕਾਰਾਂ ਨੂੰ? ਲੀਡਰ ਇੱਥੇ ਆ ਰਹੇ ਨੇ ਕਿਉਂਕਿ ਵੋਟਾਂ ਨੇ, ਇੱਕ ਪਾਸੇ ਪੰਚਾਇਤੀ, ਦੂਜੇ ਪਾਸੇ ਜ਼ਿਮਨੀ ਚੋਣ ਗਿੱਦੜਬਾਹ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਜੀ, ਅੱਜ ਤੱਕ ਸਾਡੇ ਬਜ਼ੁਰਗਾਂ ਤੋਂ ਭੋਲੇ ਲੋਕ ਸੀ, ਵਰਗਲਾ ਕੇ ਵੱਡੇ ਵੱਡੇ ਲੀਡਰ ਵੋਟਾਂ ਲੈ ਜਾਂਦੇ ਸੀਗੇ, ਕਿਸੇ ਨੇ ਸਾਡੀਆਂ ਸਮੱਸਿਆ ਵੱਲ ਧਿਆਨ ਨਹੀਂ ਕੀਤਾ। ਇਹ ਸਾਡੇ ਹੁਣ ਗਿੱਦੜਬਾਹ ਪਿੰਡ ਨੇ ਤਿਆਰ ਕਰ ਲਿਆ, ਏਕਾ ਕਰ ਲਿਆ ਕਿ ਇਸ ਵਾਰ ਅਸੀਂ ਜਿਹੜੇ ਜ਼ਿਮਨੀ ਚੋਣ ਆ ਰਹੀ ਆ ਦਾ ਬਿਲਕੁਲ ਮੁਕੰਮਲ ਤੌਰ 'ਤੇ ਬਾਈਕਾਟ ਕਰਾਂਗੇ। ਜੇਕਰ ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਸਾਡੇ ਜਿਹੜੇ ਮਸਲੇ ਆ ਹੱਲ ਨਹੀਂ ਕੀਤੇ ਤਾਂ ਬਾਈਕਾਟ ਹੋਊਗਾ ਜੀ ਜ਼ਿਮਨੀ ਚੋਣ ਦਾ। ਦਿੱਕਤਾਂ ਕਿੰਨੀਆਂ ਰਜਿੰਦਰ, ਲੋਕਾਂ ਨੂੰ ਜਿਹੜੇ ਲਾਈਨੋਂ ਭਾਰ ਰਹਿੰਦੇ ਨੇ, ਖਾਸ ਤੌਰ 'ਤੇ ਵੱਡੀ ਮੁਸ਼ਕਲ ਕਿਹੜੀ ਹੈ, ਕਿਸ ਨੂੰ ਲੈ ਕੇ ਐਗੀਟੇਸ਼ਨ ਕਰ ਰਹੇ ਹੋ? ਵੱਡੀ ਮੁਸ਼ਕਲ ਤਾਂ ਜੀ ਇਹ ਹੈ, ਦੇਖੋ ਸਾਡੇ ਬੱਚੇ ਜਦੋਂ ਸਕੂਲ ਜਾਂਦੇ ਆ ਉਹਨਾਂ ਨੂੰ ਰੇਲਵੇ ਕ੍ਰੋਸ ਕਰਨਾ ਪੈਂਦਾ, ਹੁਣ ਇਲੈਕਟ੍ਰੋਨਿਕ ਰੇਲਵੇ ਚੱਲੂਗੀ, ਉਹਦੀ ਸਪੀਡ ਇੰਨੀ ਹੈ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ। ਸਾਨੂੰ ਰਾਹ ਬਿਲਕੁਲ ਵੀ ਹੈ ਨੀਗਾ, ਸਾਨੂੰ ਜਿਹੜਾ ਵੀ ਸਾਨੂੰ ਰਾਹ ਦਿੱਤਾ ਜਾਵੇ, ਨੰਬਰ ਇੱਕ। ਨੰਬਰ ਦੋ, ਸਾਨੂੰ ਅੱਜ ਤੱਕ ਕੋਈ ਵੀ ਨਾ ਮੁੱਢਲੀ ਸਹਾਇਤਾ ਅੱਜ ਤੱਕ ਪੰਜਾਬ ਸਰਕਾਰ ਨੇ ਕਦੇ ਦਿੱਤੀ ਹੈ, ਨਾ ਤਾਂ ਜੀ ਸਾਡੇ ਡਿਸਪੈਂਸਰੀ ਹੈ, ਨਾ ਸਕੂਲ ਹੈ, ਨਾ ਕੋਈ ਵਾਟਰ ਬਕਸ ਹੈ। ਸਾਨੂੰ ਪੀਣ ਦਾ ਪਾਣੀ ਅੱਜ ਤੱਕ ਵਾਟਰ ਬਕਸ ਦਾ ਬਿਲਕੁਲ ਨਹੀਂ ਮਿਲਿਆ। ਜੋ ਵੀ ਲੀਡਰ ਆਉਂਦੇ ਨੇ, ਵੋਟਾਂ ਦਾ ਮੌਸਮ ਹੈ, ਲੀਡਰ ਵੀ ਆ ਕੇ ਵੇਖਿਆ, ਮਨਪ੍ਰੀਤ ਬਾਦਲ ਗਏ ਫੋਟੋਆਂ ਖਿਚਾ ਕੇ, ਲੀਡਰ ਕਿਹੜੇ ਕਿਹੜੇ ਆ ਰਹੇ ਇੱਥੇ, ਕੀ ਕਹਿੰਦੇ ਹੋ? ਦੇਖੋ ਜੀ, ਅੱਜ ਮਨਪ੍ਰੀਤ ਸਿੰਘ ਬਾਦਲ ਜੀ ਵੀ ਆਏ ਸੀਗੇ, ਉਹ ਵੀ ਕਹਿੰਦੇ ਵੀ ਤੁਸੀਂ ਧਰਨਾ ਚੱਕ ਦਿਉ, ਇਹ 8-7 ਮਹੀਨੇ ਲੱਗਣਗੇ, ਪੁਲ ਤੁਹਾਨੂੰ ਮਿਲ ਜੂਗਾ। ਅਸੀਂ ਬਿਲਕੁਲ ਕਾਗਜ਼ੀ ਕਾਰਵਾਈ ਨਹੀਂ ਲੈਣੀ, ਸਾਨੂੰ ਤਾਂ ਗਰਾਊਂਡ ਲੈਵਲ 'ਤੇ ਕੰਮ ਚਾਹੀਦਾ। ਸਾਨੂੰ ਜਿਵੇਂ ਸਕੂਲ ਹੈ, ਸਾਡੇ ਏਟੀਐਮ ਹੈ ਨਹੀਂ, ਕੋਈ ਵੀ ਬੈਂਕ ਹੈ ਨਹੀਂ,
ਕੋਈ ਡਿਸਪੈਂਸਰੀ ਵੀ ਹੈ ਨਹੀਂ, ਕੱਲ੍ਹ ਨੂੰ ਰਾਤ ਬਰਾਤ ਕੋਈ ਬਿਮਾਰ ਹੋ ਜਾਂਦਾ, 40 ਗੱਡੀਆਂ ਦੀ ਅਪ ਡਾਊਨ ਹੈ, ਹਰ ਵੇਲੇ ਫਾਟਕ ਬੰਦ ਰਹਿੰਦਾ, ਇਸ ਵੇਲੇ ਕੌਣ ਜਾਊਗਾ, ਕਿੱਥੋਂ ਸਾਨੂੰ ਸਾਨੂੰ ਇੱਕ ਸਹੀ ਸਿਹਤ ਸਹੂਲਤਾਂ ਵੀ ਹੈ ਨਹੀਂ। ਆਸ਼ਵਾਸਨ ਮਿਲਿਆ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਆਇਆ, ਕੋਈ ਡੀਸੀ ਕੋਈ ਐਸਡੀਐਮ ਪਹੁੰਚਿਆ ਇੱਥੇ? ਨਹੀਂ ਜੀ, ਉਹਨਾਂ 'ਚੋਂ ਕੋਈ ਨਹੀਂ ਆਇਆ ਜੀ। ਮਨਪ੍ਰੀਤ ਬਾਦਲ ਸਾਹਿਬ ਆਏ ਸੀ ਅੱਜ, ਉਹ ਸਾਨੂੰ ਆਸ਼ਵਾਸਨ ਦੇ ਰਹੇ ਵੀ ਅਸੀਂ ਤੁਸੀਂ ਧਰਨਾ ਚੱਕੋ ਅਤੇ ਅਸੀਂ ਇਹ ਤੁਹਾਡਾ ਮਨਜ਼ੂਰ ਕਰਾ ਕੇ ਲਿਆਵਾਂਗੇ ਜੀ। ਮੈਂ ਕਿਹਾ ਜੀ ਕਹਿੰਦੇ ਨੇ ਲੀਡਰ ਜਦੋਂ ਆਉਂਦੇ ਨੇ ਗੇੜੇ ਮਾਰਦੇ ਨੇ, ਲੀਡਰ ਇੱਥੇ ਆਉਂਦੇ ਆ ਤੇ ਜੀ ਲਹਿਰਾਂ ਤੋਂ ਇਲਾਵਾ ਕੁਛ ਨਹੀਂ, ਉਹ ਚਾਹੁੰਦੇ ਆ ਕਿ ਇਹ ਧਰਨਾ ਚੱਕਿਆ ਜਾਵੇ ਅਤੇ ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਕਿ ਵੀ ਸਾਡੇ ਜਿਹੜੇ ਮੁੱਢਲੀ ਸਹੂਲਤ ਮਿਲਣੀ ਚਾਹੀਦੀ ਹੈ ਪਿੰਡ ਨੂੰ, ਉਹ ਸਾਨੂੰ ਦਿੱਤੀ ਜਾਵੇ ਤਾਂ ਅਸੀਂ ਧਰਨਾ ਚੱਕ ਲਾਂਗੇ। ਸਾਡੀ ਪਹਿਲੀ ਮੰਗ ਹੈ ਪੁਲ ਦੀ, ਅੰਡਰਗਰਾਊਂਡ ਪੁਲ ਦੀ, ਉਹ ਸਾਡੀ ਮੰਗ ਪੂਰੀ ਕੀਤੀ ਜਾਵੇ ਅਤੇ ਸਾਡੇ ਹੱਕ ਸਾਨੂੰ ਇੱਥੇ ਦਿੱਤੇ ਜਾਣ। ਪਿੰਡ ਨੂੰ 76-77 ਸਾਲ ਹੋ ਗਏ, ਜੋ ਇੱਥੇ ਫੈਸਿਲਿਟੀ ਚਾਹੀਦੀਆਂ ਸੀ ਉਹ ਸਾਨੂੰ ਮਿਲੀਆਂ ਨਹੀਂ। ਸਾਡੀ ਇੱਕ ਹੋਰ ਮੰਗ ਵੀ ਹੈ ਵੀ ਅਸੀਂ ਧਰਨਾ ਚੱਕ ਲੈਂਦੇ ਹਾਂ ਵੀ ਸਾਡੇ ਪਿੰਡ ਨੂੰ ਪੰਚਾਇਤ ਘੋਸ਼ਿਤ ਕਰ ਦਿੱਤਾ ਜਾਵੇ, ਨਗਰ ਕੌਂਸਲ ਤੋਂ ਬਾਹਰ ਕਰ ਦਿਓ, ਸਾਡੀ ਪੰਚਾਇਤ ਦੇ ਦਿਓ, ਅਸੀਂ ਆਪਦਾ ਸਰਪੰਚ ਮੈਂਬਰ ਬਣਾਉਣਾ। ਕਹਿੰਦੇ ਕਿ ਨਗਰ ਕੌਂਸਲ 'ਚ ਹੋਵੇ, ਸ਼ਹਿਰ ਨਗਰ ਕੌਂਸਲ 'ਚ ਹੋਵੇ, ਪਿੰਡ ਨਗਰ ਕੌਂਸਲ 'ਚ ਹੋਣ, ਪਰ ਤੁਸੀਂ ਤਾਂ ਉਲਟਾ ਕਹਿ ਰਹੇ ਹੋ। ਕਾਰਨ ਸਰ, ਸਾਨੂੰ ਨਗਰ ਕੌਂਸਲ ਦੇ ਵਿੱਚ ਹੋਣ ਦਾ ਨੁਕਸਾਨ ਹੋਇਆ, ਸਾਨੂੰ ਕੋਈ ਫੈਸਿਲਿਟੀਆਂ ਨਹੀਂ ਮਿਲੀਆਂ। ਪਿੰਡ ਦੇ ਵਿੱਚ ਕੋਈ ਵੀ ਬੰਦਾ ਉੱਠ ਕੇ ਐਂ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਇਹ ਫੈਸਿਲਿਟੀਆਂ ਹੈਗੀਆਂ, ਕੋਈ ਸਕੂਲ ਨਹੀਂ, ਕੋਈ ਹਸਪਤਾਲ ਨਹੀਂ, ਕੋਈ ਡਿਸਪੈਂਸਰੀ ਨਹੀਂ, ਕੋਈ ਖੇਡ ਸਟੇਡੀਅਮ ਨਹੀਂ। ਉਸ ਤੋਂ ਬਾਅਦ ਰੇਲਵੇ ਨੇ ਜੋ ਸਾਡੇ ਨਾਲ ਵਤੀਰਾ ਕੀਤਾ, ਅਸੀਂ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਵੰਡਤੇ, ਕੋਈ ਫਾਟਕ ਦੇ ਉੱਤੇ ਦੀ ਟੱਪਣ ਨੂੰ ਤਿਆਰ ਨਹੀਂ, ਲੋਕ ਇਹ ਜਿਹੜੇ ਰਸਤੇ ਬੰਦ ਕੀਤੇ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ, ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਪਹਿਲ ਦੇ ਆਧਾਰ 'ਤੇ ਪੂਰੀਆਂ ਕਰਨ, ਅਸੀਂ ਧਰਨਾ ਚੱਕ ਲਾਂਗੇ। ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਆਈਆਂ ਤਾਂ ਇਸ ਤੋਂ ਜ਼ਿਆਦਾ ਵੱਡਾ ਸੰਘਰਸ਼ ਕੀਤਾ ਜਾਊਗਾ। ਰਾਜੂ, ਕੀ ਰਣਨੀਤੀ, ਕੀ ਅਗਲੀ ਰਣਨੀਤੀ ਨਾਲ ਤੁਰਦੇ ਹੌਲੀ ਹੌਲੀ, ਅਗਲੀ ਰਣਨੀਤੀ ਕੀ ਹੈ? ਜੇ ਕੋਈ ਨਈਂ ਗੱਲਬਾਤ ਮੰਨਦੇ, ਇਹ ਕਿੰਨਾ ਲੰਬਾ ਐਗੀਟੇਸ਼ਨ ਚੱਲੂਗਾ? ਇਹ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਚੱਲੂਗਾ। ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ 18 ਪੰਜਾਬ ਦਾ ਧੰਨਵਾਦ ਕਰਦਾ ਬਾਈ ਸੂਰਜ ਤੁਹਾਡਾ, ਤੁਸੀਂ ਸਾਨੂੰ ਕਵਰ ਕਰਨ ਆਏ ਹੋ। ਇਹ ਜਿਹੜਾ ਧਰਨਾ ਦਿੱਤਾ, ਅਸੀਂ ਕੋਈ ਸ਼ੌਂਕ ਨੂੰ ਨਹੀਂ ਦਿੱਤਾ, ਕੋਈ ਚਾਹ ਨੂੰ ਨਹੀਂ ਦਿੱਤਾ, ਅਸੀਂ ਅੱਕ ਕੇ ਥੱਕ ਕੇ ਨਿਰਾਸ਼ ਹੋ ਕੇ ਇਹ ਧਰਨਾ ਦਿੱਤਾ। ਸਾਨੂੰ ਕੋਈ ਕਿਸੇ ਪਾਸੇ ਕੋਈ ਨਾਂਘਾ ਨਹੀਂ ਗਾ। ਪਹਿਲਾਂ ਜਿਹੜਾ ਕੋਈ ਮਾੜਾ ਮੋਟਾ ਨਾਂਘਾ ਸੀ ਉਹ ਗਾਡਰ ਲਾ ਕੇ ਹੁਣ ਉਹ ਵੀ ਬੰਦ ਕਰ ਦਿੱਤਾ, ਜਿੱਥੇ ਕਿ ਰੋਜ਼ ਹਾਦਸੇ ਹੁੰਦੇ ਨੇ। ਸਾਨੂੰ ਤੁਸੀਂ ਕੋਈ ਬੁਨਿਆਦੀ ਕੋਈ ਹੋਸਪਿਟਲ ਨਹੀਂ, ਕੋਈ ਤੁਹਾਨੂੰ ਇੱਕ ਮੈਂ ਹੋਰ ਦੱਸ ਦਿੰਦਾ, ਸਾਡਾ ਖੁਦ ਦਾ ਵਾਟਰ ਵਰਕਸ ਵੀ ਹੈ ਨਹੀਂ ਇੱਥੇ ਪਿੰਡ ਦੇ ਵਿੱਚ, ਸਭ ਵਾਟਰ ਵਰਕਸ ਹੈ ਸ਼ਹਿਰ ਦੇ ਵਿੱਚੋਂ। ਜਦੋਂ ਕੋਈ ਪਾਣੀ ਟ੍ਰੀਟ ਹੋ ਕੇ ਆਉਂਦਾ, ਅੱਜ 4 ਦਿਨ ਹੋ ਗਏ, ਮੈਂ ਤੁਹਾਨੂੰ ਮੈਸੇਜ ਵੀ ਦਿਖਾ ਦਿੰਦਾ, ਉੱਥੋਂ ਪਾਣੀ ਸਪਲਾਈ ਬਿਲਕੁਲ ਬੰਦ ਹੈ, 4 ਦਿਨ ਹੋ ਗਏ, ਲੋਕਾਂ ਨੂੰ ਕੋਈ ਪਾਣੀ ਨਹੀਂ ਆਇਆ। ਸਾਡਾ ਖੁਦ ਦਾ ਕੰਪਲੀਟ ਵਾਟਰ ਵਰਕਸ ਵੀ ਨਹੀਂ ਹੈ, ਕੋਈ ਸੀਵਰੇਜ ਦੀ ਸੁਚਾਰੂ ਇੱਥੇ ਕੋਈ ਸੁਚਾਰੂ ਢੰਗ ਨਾਲ ਸੀਵਰੇਜ ਨਹੀਂ ਚੱਲ ਰਿਹਾ। ਕਾਫੀ ਨੇ ਗੱਲਬਾਤ ਮਹਿਲਾਵਾਂ ਨਾਲ ਕਰਦੇ ਆ, ਮਾਤਾ ਕਿਵੇਂ ਦੇਖਦੇ ਹੋ, ਦਿੱਕਤਾਂ ਕਿੰਨੀ ਆ ਰਹੀਆਂ ਨੇ? ਵੱਡੀ ਮੁਸ਼ਕਿਲ ਆਉਂਦਾ ਹੈਗਾ, ਜਮਾ ਗੰਦਾ ਪਾਣੀ ਆਉਂਦਾ ਹੈਗਾ, ਪਾਣੀ ਬਿਲਕੁਲ ਨਹੀਂ ਆਉਂਦਾ ਹੈਗਾ। ਇੱਕ ਥੱਲੇ ਦਾ ਪੁਲ ਬਣਨਾ ਸੀ ਤਾਂ ਅੰਡਰਗਰਾਊਂਡ ਪੁਲ ਬਣੇ ਸੀਗਾ, ਅੰਡਰਗਰਾਊਂਡ ਦਾ ਪੁਲ ਜ਼ਰੂਰੀ ਹੈ ਸਾਨੂੰ। ਬਿਲਕੁਲ, ਲੋਕ ਨੇ ਇਸ ਪਾਸੇ ਵੀ ਦੇਖੋ, ਇਸ ਪਾਸੇ ਅੱਗੇ ਵੀ ਲੋਕ ਨੇ ਐਗੀਟੇਸ਼ਨ ਕਰਦੇ ਨਜ਼ਰ ਆ ਰਹੇ ਨੇ, ਕਹਿ ਰਹੇ ਆ ਕਿ ਬੁਨਿਆਦੀ ਸਹੂਲਤਾਂ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਪਿੰਡ ਵਾਂਝਿਆ, ਕਹਿ ਰਹੇ ਆ ਕਿ ਨਗਰ ਕੌਂਸਲ ਤੋਂ ਕੱਢ ਕੇ ਸਾਡੇ ਪਿੰਡ ਨੂੰ ਘੱਟੋ ਘੱਟ ਸਰਪੰਚ ਹੀ ਚੁਣ ਦਿਓ, ਪਿੰਡ ਦੇ ਕੰਮਕਾਜ ਤਾਂ ਹੋ ਜਾਣ, ਤਾਂ ਕਰਕੇ ਮੁਹੱਲੇ ਦੇ ਵਿਗਦੀ ਐਗੀਟੇਸ਼ਨ ਹੈ ਉਹ ਲਗਾਤਾਰ ਲੋਕ ਕਰਦੇ ਨਜ਼ਰ ਆ ਰਹੇ ਹੈ, ਕਹਿ ਰਹੇ ਹੈ ਕਿ ਨਹੀਂ ਤਾਂ ਲਗਾਤਾਰ ਐਗੀਟੇਸ਼ਨ ਹੈ ਉਹ ਕੀਤਾ ਜਾਵੇਗਾ, ਔਰ ਜਲਦੀ ਤੋਂ ਜਲਦੀ ਡਿਮਾਂਡ ਇਹੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ, ਚਾਹੇ ਉਹ ਪੁਲ ਦੀ ਗੱਲ ਹੋਵੇ, ਪੀਣ ਵਾਲੇ ਪਾਣੀ ਦੀ ਗੱਲ ਹੋਵੇ, ਸੀਵਰੇਜ ਦੀ ਗੱਲ ਹੋਵੇ, ਤਮਾਮ ਮੰਗਾਂ ਨੂੰ ਲੈ ਕੇ ਗਿੱਦੜਬਾਹਾ ਦੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਸੜਕਾਂ 'ਤੇ ਨਜ਼ਰ ਆ ਰਹੇ ਨੇ। ਕਹਿਣ ਵਾਲੇ ਆ ਕਿ ਜਿਹੜੀ ਜਿਮਣੀ ਚੋਣ ਹੋਵੇ, ਚਾਹੇ ਪੰਚਾਇਤੀ ਚੋਣਾਂ ਪਿੰਡਾਂ ਦੇ ਵਿੱਚ ਹੋਣ, ਉਹਨਾਂ ਦਾ ਬਹਿਸ਼ਕਾਰ ਕੀਤਾ ਜਾਏਗਾ, ਵੋਟਿੰਗ ਉਹ ਲੋਕ ਨਹੀਂ ਕਰਨਗੇ।